ਸਿੱਖ ਸਿਧਾਂਤ ਅਤੇ ਸਿੱਖ ਇਤਿਹਾਸ ਨਾਲ ਛੇੜਛਾੜ ਦੇ ਇਲਜ਼ਾਮਾਂ 'ਚ ਕਿਰੇ ਰਣਜੀਤ ਸਿੰਘ ਟਡਰਿਆਵਾਲਾ ਦੀਆਂ ਮੁਸ਼ਕਲਾਂ ਵਧਣ ਲੱਗੀਆਂ ਹਨ ਇੱਕ ਪਾਸੇ ਉਹ 22 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਵੱਲੋਂ ਬਣਾਈ ਕਮੇਟੀ ਸਾਹਮਣੇ ਪੇਸ਼ ਨਹੀਂ ਹੋਏ ਤਾਂ ਦੂਜੇ ਪਾਸੇ ਵਿਦੇਸ਼ਾਂ ਵਿੱਚ ਟਡਰਿਆਵਾਲਾ ਦਾ ਬਾਈਕਾਟ ਹੋਣ ਲੱਗਾ ਹੈ ਟਡਰਿਆਵਾਲਾ ਸਮੇਤ ਉਸਦੇ ਹਮਾਇਤੀ ਹਰਿੰਦਰ ਸਿੰਘ ਨੂੰ ਯੂਕੇ ਵਿੱਚ ਬੈਨ ਕਰ ਦਿੱਤਾ ਗਿਆ ਹੈ ਸਿੱਖ ਜਥੇਬੰਦੀਆਂ ਅਤੇ ਗੁਰਦੁਆਰਾ ਕਮੇਟੀਆਂ ਵੱਲੋਂ ਸਾਂਝੇ ਬਿਆਨ 'ਚ ਐਲਾਨ ਕੀਤਾ ਗਿਆ ਕਿ ਯੂਕੇ ਵਿੱਚ ਦੋਹਾਂ ਦਾ ਉਹ ਬਾਈਕਾਟ ਕਰਨਗੇ ਸ਼ਨੀਵਾਰ ਨੂੰ ਵੈਸਟ ਬੋਰਵਿਚ ਦੇ ਗੁਰਦੁਆਰਾ ਸ਼੍ਰੀ ਹਰ ਰਾਏ ਸਹਾਬ ਵਿੱਚ ਗੁਰਦੁਆਰਾ ਕਮੇਟੀਆਂ ਅਤੇ ਸਿੱਖ ਜਥੇਬੰਦੀਆਂ ਦੀ ਮੌਜੂਦਗੀ ਚ ਇਹ ਫੈਸਲਾ ਲਿਆ ਗਿਆ ਗੁਰਮੇਲ ਸਿੰਘ ਕੰਡੋਲਾ ਮੁਤਾਬਕ ਸ਼ਨੀਵਾਰ ਨੂੰ ਪੂਰੇ ਯੂਕੇ ਵਿੱਚ 100 ਦੇ ਕਰੀਬ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਸਮੂਹਕ ਤੌਰ ਤੇ ਫੈਸਲਾ ਲਿਆ ਇਸ ਦੌਰਾਨ ਪਾਸ ਮਤੇ ਤਹਿਤ ਹਰਿੰਦਰ ਸਿੰਘ ਨਿਰਵੈਰ ਖਾਲਸਾ ਜਥਾ ਅਤੇ ਰਣਜੀਤ ਸਿੰਘ ਟੱਡਰਿਆ ਵਾਲਾ ਨੂੰ ਪੂਰੇ ਯੂਕੇ ਚ ਦੀਵਾਨ ਸਜਾਉਣ ਤੇ ਪ੍ਰਚਾਰ ਕਰਨ ਤੇ ਮੁਕੰਮਲ ਤੌਰ ਤੇ ਰੋਕ ਲਾ ਦਿੱਤੀ ਗਈ ਅਸਲ ਵਿੱਚ ਸਿੱਖ ਪ੍ਰਚਾਰਕ ਪਾਈ ਰਣਜੀਤ ਸਿੰਘ ਟੱਡਰਿਆ ਵਾਲਾ ਤੇ ਸਿੱਖ ਇਤਿਹਾਸ ਅਤੇ ਸਿੱਖ ਸ਼ਖਸੀਅਤਾਂ ਪ੍ਰਤੀ ਵਿਵਾਦਿਤ ਪ੍ਰਚਾਰ ਕੀਤੇ ਜਾਂ ਦੇ ਮਾਮਲੇ ਤੇ ਅਕਾਲ ਤਖਤ ਸਹਿਬ ਵੱਲੋਂ ਗਠਿਤ ਵਿਦਵਾਨਾਂ ਦੀ ਪੰਜ ਮੈਂਬਰੀ ਸਬ ਕਮੇਟੀ ਅੱਗੇ ਢੜਰੀਆਂ ਵਾਲਾ ਜਾਂ ਉਹਨਾਂ ਦੇ ਕਿਸੇ ਨੁਮਾਇंदे ਵੱਲੋਂ ਪਹੁੰਚ ਨੇ ਕੀਤੀ ਗਈ ਅਜਿਹੇ ਸਬ ਕਮੇਟੀ ਵੱਲੋਂ ਹੁਣ ਪਾਈ ਢੜਰੀਆਂ ਵਾਲਾ ਨੂੰ ਲਿਖੇ ਪੱਤਰ ਚ ਪੁੱਛਿਆ ਗਿਆ ਕਿ ਉਹ 5 ਜਨਵਰੀ 2020 ਤੱਕ ਆਪਣੀ ਉਪਲਬਧਤਾ ਬਾਰੇ ਦੱਸਣ ਲਈ ਕੋਆਰਡੀਨੇਟਰ ਸਬ ਕਮੇਟੀ ਨਾਲ ਸੰਪਰਕ ਕਰਨ ਤਾਂ ਜੋ ਅਗਲੀ ਇਕੱਤਰਤਾ ਦੀ ਤਾਰੀਖ ਤੈਅ ਕੀਤੀ ਜਾ ਸਕੇ 22 ਦਸੰਬਰ ਨੂੰ ਪੇਸ਼ ਹੋਣ ਲਈ ਗੁਰਦੁਆਰਾ ਸ੍ਰੀ ਦੁਖਨਿਵਾਰਨ ਸਹਿਬ ਪਟਿਆਲਾ ਚ ਬਕਾਇਦਾ ਹੱਥ ਦਸਤੀ ਦਿੱਤੇ ਗਏ ਸਨ ਅਸਲ ਵਿੱਚ ਢੱਡਰੀਆਂ ਵਾਲੇ ਖਿਲਾਫ ਅਕਾਲ ਤਖਤ ਸਾਹਿਬ ਕੋਲ ਸ਼ਿਕਾਇਤਾਂ ਪੁੰਚੀਆਂ ਸਨ ਕਿ ਉਹ ਸਿੱਖ ਇਤਿਹਾਸ ਅਤੇ ਸਿੱਖ ਸ਼ਖਸੀਅਤਾਂ ਪ੍ਰਤੀ ਵਿਵਾਦਿਤ ਪ੍ਰਚਾਰ ਕਰ ਰਿਹਾ ਹੈ ਜਿਸ ਨਾਲ ਕੌਮ ਦੀਆਂ ਪਾਵਨਾਵਾਂ ਨੂੰ ਤੱਕਾ ਵੱਜ ਰਿਹਾ ਹੈ ਸ਼ਿਕਾਇਤਾਂ ਦੀ ਪੜਤਾਲ ਲਈ ਸਿੱਖ ਵਿਦਵਾਨ ਡਾਕਟਰ ਗੁਰਮੀਤ ਸਿੰਘ ਬੀਬੀ ਪ੍ਰਭਜੋਤ ਕੌਰ ਅਮਰਜੀਤ ਸਿੰਘ ਡਾਕਟਰ ਪਰਮਵੀਰ ਸਿੰਘ ਕੋਆਰਡੀਨੇਟਰ ਅਤੇ ਡਾਕਟਰ ਚਮਕੌਰ ਸਿੰਘ ਤੇ ਆਧਾਰਿਤ ਸਬ ਕਮੇਟੀ ਬਣਾਈ ਗਈ ਸੀ ਜਿਸ ਅੱਗੇ ਟਡਰੀਆਂ ਵਾਲਾ ਪੇਸ਼ ਨਹੀਂ ਹੋਏ ਇਹ ਸਬ ਕਮੇਟੀ ਭਾਵੇਂ ਗੁਰਦੁਆਰਾ ਸ੍ਰੀ ਦੁਖਨਵਾਰਨ ਸਾਹਿਬ ਚ ਮਿਥੇ ਸਮੇਂ ਤੋਂ ਸਵਾ ਘੰਟਾ ਪਹਿਲਾਂ ਹੀ ਪਹੁੰਚ ਗਈ ਸੀ ਪਰ ਸਾਰਾ ਦਿਨ ਇੰਤਜ਼ਾਰ ਕਰਨ ਮਗਰੋਂ ਭਾਈ ਟਡਰੀਆਂ ਵਾਲੇ ਵੱਲੋਂ ਖੁਦ ਜਾਂ ਉਹਨਾਂ ਦੇ ਕਿਸੇ ਨੁਮਾਇੰਦੇ ਨੇ ਸਬ ਕਮੇਟੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਇਸ ਦੌਰਾਨ ਕਮੇਟੀ ਨੇ ਭਾਵੇਂ ਭਾਈ ਟਡਰੀਆਂ ਵਾਲੇ ਦੇ ਵਿਵਾਦਿਤ ਪ੍ਰਚਾਰ ਨੂੰ ਘੰਟਿਆਂਬੱਧੀ ਕੋਖਿਆ ਪਰ ਟਡਰੀਆਂ ਵਾਲੇ ਵੱਲੋਂ ਕੋਈ ਹੰਗਾਰਾ ਨਾ ਪੁੱਜਣ ਤੇ ਆਖਿਰ ਬਿਰੰਗ ਵਾਪਸ ਮੋੜਨਾ ਪਿਆ ਸਬ ਕਮੇਟੀ ਜ਼ਰੀਏ ਜਾਰੀ ਹੋਏ ਬਿਆਨ ਚ ਸਪਸ਼ਟ ਕੀਤਾ ਗਿਆ ਕਿ ਕਮੇਟੀ ਦੀ ਤਹਿ ਸਮੇਂ ਤੇ ਹੋਈ ਇਕੱਤਰਤਾ ਦੌਰਾਨ ਭਾਈ ਰਣਜੀਤ ਸਿੰਘ ਢਲਰੀਆ ਵਾਲੇ ਸ਼ਾਮਲ ਨਹੀਂ ਹੋਏ ਅਤੇ ਨਾ ਹੀ ਉਹਨਾਂ ਦਾ ਕੋਈ ਨੁਮਾਇੰਦਾ ਆਪੜਿਆ ਇਸ ਦੌਰਾਨ ਸਬ ਕਮੇਟੀ ਨੇ ਵਿਚਾਰ ਵਟਾਂਦਰੇ ਪਿੱਛੋਂ ਨਿਰਣਾ ਲਿਆ ਕਿ ਗੱਲਬਾਤ ਰਾਹੀਂ ਮਾਮਲਾ ਸਲਝਾਉਣ ਲਈ ਯਤਨ ਜਾਰੀ ਰੱਖਦਿਆਂ ਨਵੀਂ ਤਾਰੀਖ ਤੈਅ ਕੀਤੀ ਜਾਵੇਗੀ ਕਮੇਟੀ ਦੇ ਕੋਆਰਡੀਨੇਟਰ ਡਾਕਟਰ ਚਮਕੌਰ ਸਿੰਘ ਨੇ ਦੱਸਿਆ ਕਿ ਭਾਈ ਢਲਰੀਆ ਵਾਲੇ ਦੇ ਹੰਗਾਰੇ ਦੀ ਉੜੀ ਕੀਤੀ ਜਾਵੇਗੀ ਉਧਰ ਭਾਈ ਢਲਰੀਆ ਵਾਲੇ ਦੇ ਸ਼ਿਕਾਗੋ ਪੁੱਜੇ ਹੋਣ ਦਾ ਪਤਾ ਲੱਗਿਆ ਹੈ ਉਹਨਾਂ ਸ਼ਿਕਾਗੋ ਜਾਣ ਤੋਂ ਇਹ ਵੀ ਕਿਹਾ ਸੀ ਕਿ ਉਹ ਪੰਜ ਮੈਂਬਰੀ ਕਮੇਟੀ ਅੱਗੇ ਪੇਸ਼ ਨਹੀਂ ਹੋਣਗੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਪੰਜ ਮੈਂਬਰੀ ਬਣਾਈ ਕਮੇਟੀ ਨੇ ਕੁਝ ਦਿਨ ਪਹਿਲਾਂ 22 ਤਰੀਕ ਦਾ ਸੱਦਾ ਦਿੱਤਾ ਸੀ ਵੈਸੇ ਤੇ ਸਾਰਿਆਂ ਨੂੰ ਪਤਾ ਸੀ ਕਿ ਮੈਸ਼ਿਕਾਗੋ ਪ੍ਰੋਗਰਾਮ ਤੇ ਜਾਣਾ ਉਹਨਾਂ ਨੇ 22 ਤਰੀਕ ਦੀ ਮੀਟਿੰਗ ਬਾਅਦ ਚ ਰੱਖੀ ਹੈ ਪਰ ਜੇ ਮੈਂ ਇੱਥੇ ਹੁੰਦਾ ਮੈਂ ਫਿਰ ਵੀ ਨਹੀਂ ਸੀ ਜਾਣਾ ਵਾਇਰਲ ਹੋਈ ਇਸ ਵੀਡੀਓ ਚ ਪਾਈਟੜੀਆਂ ਵਾਲੇ ਦਾ ਕਹਿਣਾ ਸੀ ਕਿ ਉਹ ਪੁਜਾਰੀ ਪਰੰਪਰਾ ਦੇ ਪੈਰਾਂ 'ਚ ਨਹੀਂ ਬੈਠਣਗੇ ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਉਹ ਇਤਿਹਾਸ ਪ੍ਰਤੀ ਦौराਏ ਆਪਣੇ ਕਥਨਾਂ ਤੇ ਅੱਜ ਵੀ ਪਹਿਲਾਂ ਵਾਂਗ ਕਾਇਮ ਹਨ ਅਤੇ ਉਹਨਾਂ ਨੇ ਕੁਝ ਵੀ ਗਲਤ ਨਹੀਂ ਕੀਤਾ ਅਤੇ ਬਿਨਾਂ ਗਲਤੀ ਕਿਸੇ ਤੋਂ ਮਾਫੀ ਨਹੀਂ ਮੰਗਣਗੇ ਪਠਾਣਾ ਉਹਨਾਂ ਦੇ ਪੈਰਾਂ 'ਚ ਹੀ ਚਾਹੁੰਦੇ ਆ ਮੈਂ ਤੁਹਾਨੂੰ ਕਲੀਅਰ ਕਹਿ ਦੇਣਾ ਚਾਹੁੰਨਾ ਮੈਂ ਇਦਾਂ ਦਾ ਨਹੀਂ ਕਿ ਮੈਂ ਇਹਨਾਂ ਦੇ ਅੱਗੇ ਜਾ ਕੇ ਗੁਲਾਮਾਂ ਦੇ ਗੁਲਾਮਾਂ ਅੱਗੇ ਮੈਂ ਇਦਾਂ ਬੈਠਾਂ ਜਾ ਕੇ ਇਸ ਦੌਰਾਨ ਢੱਡਰੀਆ ਵਾਲੇ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੈ ਜੋ ਢੱਡਰੀਆ ਵਾਲੇ ਦੇ ਦੋਹਰੇ ਕਰਦਾਰ ਦਾ ਪਰਦਾ ਹਾਸ਼ ਕਰ ਰਹੀ ਹੈ ਨਵੰਬਰ 2018 ਦੀ ਇੱਕ ਵੀਡੀਓ ਵਿੱਚੋਂ ਕਹਿੰਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਜਿੱਥੇ ਮਰਜ਼ੀ ਬੁਲਾਓ ਮੈਂ ਪਹੁੰਚਾਂਗਾ ਅਰੇ ਦੂਜੀ ਵੀਡੀਓ ਵਿੱਚੋਂ ਕਮੇਟੀ ਵੱਲੋਂ ਬੁਲਾਏ ਜਾਣ ਤੇ ਆਪਣੀ ਅਸਮਰੱਥਾ ਜ਼ਾਹਰ ਕਰ ਰਿਹਾ ਹੈ ਸੋ ਇਸ ਨੂੰ ਲੈ ਕੇ ਵੱਡੇ ਸਵਾਲ ਉੱਠ ਰਹੇ ਹਨ ਕੋਸ਼ ਨਾਲ ਜੋ ਕਿ ਹੈ ਉਹ ਠੀਕ ਹੈ ਗਲਤ ਨਹੀਂ ਕੀਤਾ ਮੈਨੂੰ ਗਲਤ ਦੱਸੋ ਕਿੱਥੇ ਹੈ ਆਪਸ਼ਨ ਤੇ ਦੇਣਗੇ ਵੀ ਆ ਜਾ ਤੇ ਨਹੀਂ ਤਾਂ ਫਿਰ ਏਦਾਂ ਛੇਕ ਦੇਾਂਗੇ ਆ ਕਰਦੇਾਂਗੇ ਜਾਂਦੀਆਂ ਸਟੇਜਾਂ ਜਾਣ ਦਿਓ ਪਰ ਸਟੈਂਡ ਰੱਖੀਏ ਆਪਾਂ ਜੇਕਰ ਤੁਹਾਨੂੰ ਸਾਡਾ ਇਹ ਅਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ